For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਸਤਿ ਸ਼੍ਰੀ ਅਕਾਲ ਏਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਨਿਧੀ ਨਹਾਰ ਬੁਲੇਟਿਨ ਦੀ ਸ਼ੁਰੂਆਤ ਕਰਦੀ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੋਂ। ਮਨਾਇਆ ਗਿਆ ਯੋਗ ਦਿਵਸ, ਕਈ ਥਾਵਾਂ ਤੇ ਹਲਕੀ ਬਰਸਾਤ ਦੇ ਬਾਵਜੂਦ ਵੀ ਲੋਕਾਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ। ਇਨਸਾਨੀਅਤ ਹੋਈ ਸ਼ਰਮਸਾਰ, ਜ਼ਮੀਨ ਦੇ ਲਾਲਚ ਵਿੱਚ ਚਾਚੇ ਨੇ ਕੀਤਾ ਭਤੀਜੇ ਦਾ ਕਤਲ। ਨਹੀਂ ਰੁਕ ਰਹੇ ਔਰਤਾਂ ਦੇ ਸ਼ੋਸ਼ਣ ਦੇ ਮਾਮਲੇ, ਬਟਾਲਾ ਦੇ ਰਿਲਾਇੰਸ ਦਫ਼ਤਰ ਦੇ ਮੈਨੇਜਰ ਤੇ ਲੱਗੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਲੜਕੀ ਨਾਲ ਬਦਫੈਲੀ ਕਰਨ ਦੇ ਦੋਸ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਪਟਿਆਲਾ ਵਾਸੀਆਂ ਵੱਲੋਂ ਸ਼ਹਿਰ 'ਚ ਵੱਖ ਵੱਖ ਥਾਵਾਂ ਤੇ ਯੋਗ ਦਿਵਸ ਮਨਾਇਆ ਗਿਆ, ਜਿਸ 'ਚ ਲੋਕਾਂ ਵੱਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਯੋਗ ਕੀਤਾ ਗਿਆ ਤੇ ਸਦਾ ਹੀ ਨਿਰੋਗ ਰਹਿਣ ਦੇ ਸੰਦੇਸ਼ ਦਿੱਤੇ ਗਏ। ਇਸੇ ਤਰ੍ਹਾਂ ਫਾਜ਼ਿਲਕਾ ਵਿੱਚ ਵੀ ਸਰਵ ਧਰਮ ਯੋਗ ਆਸ਼ਰਮ ਵਿੱਚ ਯੋਗ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਫਾਜ਼ਿਲਕਾ ਦੇ ADC ਜਰਨੈਲ ਸਿੰਘ ਅਤੇ ਸਿਹਤ ਵਿਭਾਗ ਦੇ ਮੁੱਖ ਅਧਿਕਾਰੀ ਸੁਰਿੰਦਰ ਕੁਮਾਰ ਨੇ ਕੀਤੀ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਆਪਣੀ ਦਿਨ ਚਰਿਆ ਵਿੱਚ ਯੋਗ ਅਪਣਾਉਣ ਦੀ ਗੱਲ ਕੀਤੀ। ਐਡਮਿਨਿਸਟ੍ਰੇਟਿਵ ਆਫਿਸ ਪਟਿਆਲਾ ਮੇਂ ਇੰਟਰਨੈਸ਼ਨਲ ਯੋਗਾ ਡੇ ਅੱਜ ਸੈਲੀਬ੍ਰੇਟ ਕੀਆ ਗਿਆ ਹੈ, ਜਿਸਕੇ ਲੀਏ ਹਮਾਰੇ ਐਸੋਸੀਏਸ਼ਨ ਵਾਲੋਂ ਨੇ ਯੇ ਅਰੇਂਜਮੈਂਟ ਕੀਆ ਹੈ ਔਰ ਬੈਂਕ ਕੇ ਸਭੀ ਅਧਿਕਾਰੀ ਔਰ ਅਵਾਰਡ ਸਟਾਫ ਨੇ ਪਾਰਟੀਸਿਪੇਟ ਕੀਆ ਹੈ। ਬਹੁਤ ਅੱਛਾ ਯੇ ਪ੍ਰੋਗਰਾਮ ਹੋ ਗਿਆ ਹੈ ਯਹਾਂ ਪਰ ਔਰ ਸਬਕੋ ਯੋਗ ਕੀ ਕੇ ਬਾਰੇ ਮੇਂ ਬਤਾਇਆ ਰਾਣਾ ਜੀ ਨੇ ਔਰ ਯੇ ਸਬਕੋ ਇਸਕੇ ਲੀਏ ਕਾਫੀ ਫਾਇਦਾ ਹੋਗਾ। ਮੈਂ ਵਿਜੇਂਦਰ ਸ਼ਾਸਤਰੀ, ਮੰਡਲ ਪ੍ਰਭਾਰੀ ਪਤੰਜਲੀ ਯੋਗ ਸਮਿਤੀ ਏਵਂ ਭਾਰਤ ਸਵਾਭਿਮਾਨ। ਮੈਂ ਆਪ ਪੂਰੇ ਦੇਸ਼ ਵਾਸੀਓਂ ਕੋ, ਪਟਿਆਲਾ ਵਾਸੀਓਂ ਕੋ ਵਿਸ਼ੇਸ਼ ਰੂਪ ਸੇ ਅੰਤਰਰਾਸ਼ਟਰੀ ਯੋਗ ਦਿਵਸ ਕੀ ਹਾਰਦਿਕ ਸ਼ੁਭ ਕਾਮਨਾਏ ਦੇਤਾ ਹੂੰ। ਇਸ ਯੋਗ ਦਿਵਸ ਸੇ ਔਰ ਇਸ ਭਾਰਤੀਯ ਰਿਸ਼ੀ ਮੁਨੀਓਂ ਕੀ ਜੋ ਵਿੱਦਿਆ ਹੈ, ਇਸ ਸੇ ਪੂਰੇ ਭਾਰਤ ਵਰਸ਼ ਮੇਂ ਪੂਰੇ ਵਿਸ਼ਵ ਕੇ ਅੰਦਰ ਭਾਰਤ ਕੀ ਸੰਸਕ੍ਰਿਤੀ ਔਰ ਭਾਰਤੀਯਤਾ ਕੀ ਜੋ ਹੈ ਇੱਕ ਇਮੇਜ ਬੜੀ ਹੈ। ਤੋ ਇਸ ਲਈ ਮੈਂ ਆਪ ਸਭੀ ਕੋ ਹਾਰਦਿਕ ਵਧਾਈ ਦੇਤਾ ਹੂੰ ਔਰ ਯਹਾਂ ਪਤੰਜਲੀ ਯੋਗ ਸਮਿਤੀ ਭਾਰਤ ਸਵਾਭਿਮਾਨ ਪਟਿਆਲਾ ਕੀ ਔਰ ਸੇ ਬਾਰਾਧਰੀ ਗਾਰਡਨ ਜੋ ਪਟਿਆਲਾ ਕਾ ਹਰਟ ਹੈ, ਇਸ ਕੇ ਅੰਦਰ ਪੂਰੇ ਉਤਸ਼ਾਹ ਕੇ ਸਾਥ ਜੋ ਹੈ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਮੇਂ 21 ਜੂਨ ਮਨਾ ਰਹੇ ਹੈਗੇ ਆ। ਇਹ ਸਾਰਾ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈਗਾ। ਇਹਦੇ ਵਿੱਚ ਜਿਹੜਾ ਮੇਨ ਉਦੇਸ਼ ਹੈਗਾ ਇਹ ਅਸੀਂ ਆਪਣੇ ਆਪ ਨੂੰ ਤੰਦਰੁਸਤ ਬਣਾਉਣਾ ਹੈਗਾ। ਉਹ ਇੱਕ ਇਹੀ ਹੈਗਾ ਵੀ ਯੋਗ ਆਸਣ ਨਾਲ ਅਸੀਂ ਆਪਣੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਸਕਦੇ ਹਾਂ। ਮੈਂ ਤਾਂ ਹਰੇਕ ਆਪਣੇ ਸ਼ਹਿਰ ਵਾਸੀਆਂ ਨੂੰ, ਪਿੰਡ ਵਾਸੀਆਂ ਨੂੰ ਇਹੀ ਕਹਾਂਗਾ ਕਿ ਉਹ ਵੱਧ ਤੋਂ ਵੱਧ ਇੱਥੇ ਆ ਕੇ ਯੋਗ ਆਸਣ ਦੇ ਵਿੱਚ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ A1 ਹੈਲਥ ਕੇਅਰ। ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ A1 ਮਿਊਜ਼ਿਕ। ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ A1 ਪੰਜਾਬੀ TV। ਐਂਡ ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ A1 ਨਿਊਜ਼। ਗੁਰਦਾਸਪੁਰ, ਲੁਧਿਆਣਾ, ਮੋਗਾ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਗੁਰਦਾਸਪੁਰ ਦੇ ਸਥਾਨਕ ਫਿਸ਼ ਪਾਰਕ ਵਿਖੇ ਜ਼ਿਲ੍ਹਾ ਪੱਧਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿੱਚ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਹਲਕੀ ਬਰਸਾਤ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਤੰਜਲੀ ਭਾਰਤ ਸਵਾਭਿਮਾਨ ਆਯੁਰਵੈਦਿਕ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ, ਨੌਜਵਾਨਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸੇ ਤਰ੍ਹਾਂ ਲੁਧਿਆਣਾ, ਮੋਗਾ ਅਤੇ ਜਲੰਧਰ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ। ਇਹ ਜੋ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਹੈ ਗੁਰਦਾਸਪੁਰ ਦੇ ਵਿੱਚ ਅਤੇ ਪਤੰਜਲੀ ਯੋਗ ਪੀਠ ਦੇ ਜੋ ਹੈ ਮਤਲਬ ਕਿ ਸਹਿਯੋਗ ਸੇ ਔਰ ਬਾਕੀ ਵੀ ਨਹਿਰੂ ਯੁਵਾ ਕੇਂਦਰ ਐਂਡ ਬਹੁਤ ਸਾਰੇ ਸੰਸਥਾਓਂ ਕੇ ਸਹਿਯੋਗ ਸੇ ਇਹ ਬਹੁਤ ਹੀ ਸਫਲ ਰਹਾ। ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਹੈ, ਫਿਰ ਵੀ ਜੋ ਹੈ ਬਹੁਤ ਸਾਰੀ ਜੋ ਹੈ ਲੇਡੀਜ਼ ਵੀ ਆਈ ਹੈ ਔਰ ਜੈਂਟਲਮੈਨ ਵੀ ਹੈ। ਤੋ ਬਹੁਤ ਹੀ ਅੱਛਾ ਹੀ ਪ੍ਰੋਗਰਾਮ ਰਹਾ ਔਰ ਯੋਗ ਇੱਕ ਸੰਸਕ੍ਰਿਤੀ ਹੈ, ਇੱਕ ਅਨੁਸ਼ਾਸਨ ਹੈ, ਸਭ ਨੂੰ ਅਪਣਾਉਣਾ ਚਾਹੀਏ। ਬਹੁਤ ਹੀ ਵਧੀਆ ਲੱਗਾ ਇੱਥੇ ਆ ਕੇ ਅਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ। ਬਾਰਿਸ਼ ਆ ਰਹੀ ਸੀ, ਬਹੁਤ ਕੁਛ ਮਤਲਬ ਆਏ, ਲੋਕ ਭਿੱਜ ਰਹੇ ਸੀ, ਲੇਕਿਨ ਫਿਰ ਵੀ ਲੋਕਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਅਤੇ ਬਹੁਤ ਅੱਛੀ ਤਰੀਕੇ ਨਾਲ ਯੋਗਾ ਕੀਤਾ। ਆਪਣੇ ਆਪਣੇ ਘਰਾਂ ਜੋ ਸਵੇਰੇ ਉੱਠ ਕੇ ਨਿਕਲ ਕੇ ਆਏ ਲੋਕ, ਬਹੁਤ ਵਧੀਆ ਲੱਗਾ ਇੱਥੇ ਆ ਕੇ ਅਤੇ ਇੰਨਾ ਵਧੀਆ ਲੱਗਾ ਕਿ ਹਰ ਸਾਲ ਇਸ ਤਰ੍ਹਾਂ ਹੀ ਮਨਾਉਂਦੇ ਰਹਿਣ ਯੋਗ ਦਿਵਸ। 21 ਜੂਨ ਰੱਬ ਕਰੇ ਆਉਂਦੀ ਰਹੇ ਅਤੇ ਲੋਕ ਇਸ ਤਰ੍ਹਾਂ ਮਨਾਉਂਦੇ ਰਹਿਣ ਅਤੇ ਬਸ ਜਦੋਂ ਤੱਕ ਸੂਰਜ ਚਾਂਦ ਰਹੇਗਾ
ਉਤਾ ਕੋਈ ਯੋਗ ਦਾ ਨਾਮ ਰਹੇਗਾ ਜੀ। ਅੰਤਰਰਾਸ਼ਟਰੀ ਯੋਗ ਦਿਵਸ ਪੇ ਯਹੀ ਕਹਿਣਾ ਚਾਹੇਂਗੇ ਕਿ ਸਭੀ ਕੋ ਜਿਤਨਾ ਵੀ ਟਾਈਮ ਮਿਲੇ ਉਨ੍ਹੇ ਯੋਗਾ ਕਰਨਾ ਚਾਹੀਏ ਔਰ ਯੇ ਆਪਕੇ ਸ਼ਰੀਰ ਕੇ ਲੀਏ ਨਹੀਂ ਆਪਕੇ ਮਾਨਸਿਕ ਹੈਲਥ ਕੇ ਲੀਏ ਵੀ ਬਹੁਤ ਅੱਛੀ। ਅੱਜ ਅਸੀਂ ਰੱਖਬਾਗ ਦੇ ਅੰਦਰ 3rd ਇੰਟਰਨੈਸ਼ਨਲ ਯੋਗ ਦਿਵਸ ਮਨਾ ਰਹੇ ਹਾਂ ਔਰ ਇਸ ਦਿਵਸ ਦੇ ਮਨਾਉਣ ਦੇ ਨਾਲ ਲੋਕਾਂ ਦੇ ਵਿੱਚ ਯੋਗ ਕਰਨ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਉੱਤੇ ਸਾਨੂੰ ਮਾਣ ਹੈ ਕਿ ਭਾਰਤ ਦੇ ਪ੍ਰਯਾਸਾਂ ਦੇ ਨਾਲ ਔਰ ਜਿਹਦੇ 'ਚ ਬਹੁਤ ਵੱਡਾ ਸਹਿਯੋਗ ਜਿਹੜਾ ਉਪਰਾਲਾ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਮਾਣਯੋਗ ਨਰਿੰਦਰ ਮੋਦੀ ਜੀ ਦਾ ਰਿਹਾ ਔਰ ਉਹਨਾਂ ਦੀ ਮਿਹਨਤ ਦਾ ਸਦਕਾ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਯੋਗ ਨੂੰ ਯੋਗ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਔਰ ਜਿਹਦੇ ਨਾਲ ਅਸੀਂ ਕਹਿ ਸਕਦੇ ਕਿ ਭਾਰਤ ਜਿਹੜਾ ਵਿਸ਼ਵ ਗੁਰੂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਅੱਜ ਉਹਦੀ ਕਿਤੇ ਨਾ ਕਿਤੇ ਫਿਰ ਦੁਬਾਰਾ ਇੱਕ ਸ਼ੁਰੂਆਤ ਹੋਈ ਹੈ ਔਰ ਪੂਰੇ ਵਿਸ਼ਵ ਦੇ ਵਿੱਚ ਅੱਜ ਯੋਗ ਦਿਵਸ ਮਨਾਇਆ ਜਾ ਰਿਹਾ ਔਰ ਯੋਗ ਸਾਡੇ ਸਵਾਸਥ ਦੇ ਲਈ ਜਿੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਉੱਥੇ ਸਾਡੇ ਵਿਵਹਾਰ ਆਚਾਰ ਵਿਵਹਾਰ ਦੇ ਉੱਤੇ ਬਹੁਤ ਵੱਡਾ ਅਸਰ ਪਾਉਂਦਾ ਔਰ ਉਹਦੇ ਨਾਲ ਸਾਡੇ 'ਚ ਪੇਸ਼ੈਂਸ ਜਿਹੜੀ ਹੈ ਸਾਡੇ 'ਚ ਸਹਿਣਸ਼ੀਲਤਾ ਬਹੁਤ ਵੱਧਦੀ ਹੈ ਔਰ ਨਾਲ ਨਾਲ ਆਪਸੀ ਭਾਈਚਾਰਕ ਸਾਂਝ ਔਰ ਕਿਤੇ ਨਾ ਕਿਤੇ ਪਿਆਰ ਨੂੰ ਵਧਾਉਣ ਦੇ ਵਿੱਚ ਆਪਣਾ ਬਹੁਤ ਵੱਡਾ ਮਹੱਤਵਪੂਰਨ ਦਿਨ ਜਿਹੜਾ ਸਹੀ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਸੰਬੰਧੀ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਗੁਰੂ ਨਾਨਕ ਕਾਲਜ ਦੇ ਵਿੱਚ ਮਨਾਇਆ ਗਿਆ। ਇਹ ਯੋਗਾ ਦਿਵਸ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਵੀ ਉਹਨਾਂ ਦੀ ਜਿਹੜੇ ਨਾਗਰਿਕਾਂ ਦੀ ਐਸੇ ਤੰਦਰੁਸਤ ਹੋ, ਕਿਉਂਕਿ ਤੰਦਰੁਸਤ ਨਾਗਰਿਕ ਵੀ ਇੱਕ ਨਰੋਆ ਸਮਾਜ ਸਿਰ ਸਕਦੇ ਆ। ਅੱਜ ਦੇ ਸਮਾਗਮ ਦੇ ਵਿੱਚ ਯੋਗ ਗੁਰੂ ਸੱਜਣ ਜੀ ਨੇ ਅਤੇ ਆਯੁਰਵੇਦਾ ਦੇ ਡਾਕਟਰ ਗੁਰਪ੍ਰੀਤ ਸਿੰਘ ਨੇ ਬਹੁਤ ਹੀ ਬਹੁਮੁੱਲਾ ਜਿਹੜਾ ਗਿਆਨ ਹੈ ਉਹ ਪ੍ਰਦਾਨ ਕੀਤਾ। ਯੋਗ ਗੁਰੂ ਸੱਜਣ ਜੀ ਨੇ ਜਿਹੜੇ ਬੇਸਿਕ ਯੋਗ ਆਸਣ ਹੈ ਉਹ ਅੱਜ ਸਾਰਿਆਂ ਨੂੰ ਸਿਖਾਏ ਹੈ। ਲੋਕਾਂ ਦੇ ਵਿੱਚ ਇਸ ਪ੍ਰਤੀ ਬੜਾ ਉਤਸ਼ਾਹ ਹੈ। ਜਿੰਨੇ ਵੀ ਇੱਥੇ ਪਾਰਟੀਸਪੈਂਟਸ ਹੈ ਉਹਨਾਂ ਨੇ ਇਹ ਪ੍ਰਣ ਵੀ ਲਿਆ ਵੀ ਇਹ ਅੱਜ ਦੇ ਦਿਨ ਹੀ ਨਹੀਂ ਹੈ, ਇਹ ਰੋਜ਼ਾਨਾ ਹੀ ਇਸ ਨੂੰ ਜਾਰੀ ਰੱਖਣਗੇ ਅਤੇ ਆਪਣੀ ਅਤੇ ਸਮਾਜ ਦੀ ਸਿਹਤ ਵੱਲ ਧਿਆਨ ਦੇਣਗੇ। ਜਲੰਧਰ ਦੇ ਜੰਦੂ ਸਿੰਘਾ ਇਲਾਕੇ ਵਿੱਚ ਟਰੱਕ ਪਲਟਣ ਨਾਲ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਜੰਡੂ ਸਿੰਘਾ ਦੇ ਨਜ਼ਦੀਕ ਬਜਰੀ ਨਾਲ ਭਰਿਆ ਟਰੱਕ ਨਿਜਰਾ ਨਦੀ ਵੱਲ ਜਾ ਰਿਹਾ ਸੀ ਕਿ ਜੰਡੂ ਸਿੰਘਾ ਦੇ ਨੇੜੇ ਅਚਾਨਕ ਇੱਕ ਸਕੂਟਰ ਸਵਾਰ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਟਰੱਕ ਪਲਟ ਗਿਆ, ਜਿਸ ਕਾਰਨ ਟਰੱਕ ਵਿੱਚ ਬੈਠੇ 5 ਲੋਕ ਜ਼ਖਮੀ ਹੋ ਗਏ ਅਤੇ 2 ਲੋਕਾਂ ਦੀ ਟਰੱਕ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਟਰੱਕ ਪਲਟਣ ਤੋਂ ਬਾਅਦ ਟਰੱਕ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟਿੱਪਰ ਜਾ ਰਿਹਾ ਸੀ ਬਜਰੀ ਅਤੇ ਲੋਕ ਦਾ, ਕੋਈ ਸੜਕ 'ਤੇ ਪਾਉਣ ਵਾਲੇ ਲੋਕ ਜਾ ਰਹੇ ਸੀ। ਰਸਤੇ ਜਾਂਦਿਆਂ ਪਤਾ ਨਹੀਂ ਡਰਾਈਵਰ ਨੂੰ ਕੀ ਪ੍ਰੋਬਲਮ ਆ ਗਈ ਅਤੇ ਲੈਫਟ ਸਾਈਡ ਨੂੰ ਪਲਟ ਗਿਆ। ਥੱਲੇ ਖੇਤ ਡੂੰਘੇ ਸੀ, ਥੱਲੇ ਲਾਗੋਂ ਜਿਹੜੀ ਪਟੜੀ ਸੀ ਸੜਕ ਉੱਚੀ ਸੀ, ਉਹ ਪਲਟਣ ਨਾਲ ਜਿਹੜਾ ਬਿਲਕੁਲ ਪੁੱਠਾ ਪਲਟ ਗਿਆ ਉਹਨੂੰ, ਅਤੇ ਜਿਹੜੇ ਅਗਲੇ ਪਾਸੇ ਵਿੱਚ ਬੈਠੇ ਸੀ ਉਹ ਤਾਂ ਥੋੜ੍ਹਾ ਘੱਟ ਸੱਟਾਂ ਲੱਗੀਆਂ, ਉਹਦੇ ਵਿੱਚ 5 ਬੱਚੇ ਬੰਦਿਆਂ ਨੂੰ ਥੋੜ੍ਹੇ ਘੱਟ ਲੈ। ਜਿਹੜੇ ਮਗਰਲੇ ਬੈਠੇ ਸੀ ਮਗਰ ਜਿੱਥੇ ਬੇਦਬਜੀ ਦੇ ਕੋਲ, ਉਹ ਥੱਲੇ ਆ ਗਏ ਰੇਤੇ ਉਹਦੇ ਬਜਰੀ ਦੇ ਥੱਲੇ, ਉਹਦੇ ਆਉਣ ਦੇ ਨਾਲ ਉਹਦੇ ਮੌਕੇ 'ਤੇ ਹੀ ਡੈਥ ਹੋ ਗਈ। ਟੋਟਲ 7 ਬੰਦੇ ਘਾਇਲ ਹੋ ਗਏ ਅਤੇ 2 ਇਹ ਡੈਥ ਹੋ ਗਈ। ਬਜਰੀ ਵਾਲਾ ਅਤੇ ਬਜਰੀ ਅਤੇ ਲੋਕ ਇਕੱਠੀ ਪਾਈ ਹੋਈ ਸੀ ਉਹਨਾਂ ਨੇ ਟਰਾਲੇ ਦੇ ਵਿੱਚ, ਜਿਹੜੀ ਸੜਕਾਂ ਬਣਾਉਂਦੇ ਨੀ ਉਹ ਟਰਾਲਾ ਅਤੇ ਉਹਦੇ ਵਿੱਚ ਹਾਂਜੀ ਉਹਨਾਂ ਦੇ ਮਜ਼ਦੂਰ ਹੈਗੇ ਆ ਅਤੇ ਜਿਹੜੇ ਜਿਹਨਾਂ ਦੇ ਕੰਮ ਕਰਦੇ ਆ ਅਤੇ ਸਾਰਾ ਹੀ, ਅਤੇ ਇਹਨਾਂ ਦੀ ਸਾਰੀ ਇਹਨਾਂ ਦੀ ਕਾਰ ਵੀ ਕਰ ਰਹੇ ਆ, ਇਹਨਾਂ ਦੀ ਬਣਾ ਰਹੇ ਜਿਹੜੀ ਸੜਕ ਬਣਾ ਰਹੇ ਸੀ ਉੱਥੇ ਹੀ ਕਪੂਰ ਜੰਡੂ ਸਿੰਘ ਕਪੂਰਪੁਰ ਰੋਡ 'ਤੇ ਸੜਕ। ਨਹੀਂ ਇਹ ਕੋਈ ਪ੍ਰਾਈਵੇਟ ਫਰਮ ਹੈ ਉਹਨਾਂ ਦੀ ਹੈਗੀ ਹੈ, ਇਹ ਜੰਡੂ ਸਿੰਘ ਦੇ ਨੇੜੇ ਕਪੂਰਪੁਰ ਰੋਡ 'ਤੇ, ਇਹ ਅਸੀਂ ਹਰਪਾਲ ਸਿੰਘ ਅਨਚਾਰ ਜੰਡੂ ਸਿੰਘ ਚੌਂਕੀ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ ਏਵਨ ਹੈਲਥ ਕੇਅਰ, ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ ਏਵਨ ਮਿਊਜ਼ਿਕ, ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ ਏਵਨ ਪੰਜਾਬੀ ਟੀਵੀ, and for all updated news please subscribe A1 news। ਸਾਡੇ ਸਮਾਜ ਵਿੱਚ ਅਕਸਰ ਜ਼ਮੀਨਾਂ ਦੇ ਲਾਲਚ ਵਿੱਚ ਖੂਨ ਦੇ ਰਿਸ਼ਤੇ ਤਾਰ ਤਾਰ ਹੋ ਰਹੇ ਨੇ ਅਤੇ ਜ਼ਮੀਨ ਪਿੱਛੇ ਕਤਲ ਕਰਨ ਵਿੱਚ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਅਤੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਡੇਰਾ ਪਠਾਣਾ ਤੋਂ, ਜਿੱਥੇ ਚਾਚੇ ਨੇ ਜ਼ਮੀਨ ਪਿੱਛੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਸਕੇ ਭਤੀਜੇ ਨੂੰ ਕੁੱਟ ਕੁੱਟ ਕੇ ਉਸਦਾ ਕਤਲ ਕਰ ਦਿੱਤਾ। ਇਹ ਸਾਰੀ ਘਟਨਾ ਮ੍ਰਿਤਕ ਦੇ ਭਰਾ ਨੇ ਪੁਲਿਸ ਥਾਣੇ ਵਿੱਚ ਜਾ ਕੇ ਦੱਸੀ, ਤਦ ਤੱਕ ਦੋਸ਼ੀ ਮੌਕੇ 'ਤੇ ਫਰਾਰ ਹੋ ਗਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਅਤੇ ਪੁਲਿਸ ਵੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਇਹ ਰਤਨ ਸਿੰਘ ਹੁਣਾਂ ਨਾਲ ਸਾਰਾ ਡਰ ਆਟ ਦਾ ਰੌਲਾ ਚੱਲਦਾ ਸੀ
ਤੇ ਸਰ ਮੈਂ ਕੱਲ ਦਾ ਅੰਮ੍ਰਿਤਸਰ ਗਿਆ ਹੋਇਆ ਸੀ ਤੇ ਮੇਰੇ ਚਾਚਾ ਜੀ ਹੁਣੀ ਉੱਥੇ ਖੁਦ ਲੱਗ ਗਏ ਕਿਲਾਹਟ ਮੈਂ ਆਪਣੀ ਪੈਲੀ 'ਚ ਕੰਮ ਕਰਨ ਡੇ ਸੀ। ਇਹ ਬਚਨ ਸਿੰਘ ਹੁਣੀ ਰਤਨ ਸਿੰਘ ਹੁਣੀ ਸਾਰੇ ਪਾਰਟੀ ਇਕੱਠੀ ਹੋ ਕੇ ਆਈ ਹੈ। ਇਹਨਾਂ ਨੇ ਮੇਰੇ ਚਾਚਾ ਜੀ ਨੂੰ ਪਤਾ, ਇਹਨਾਂ ਨੇ ਆ ਕੇ ਉਹਨਾਂ ਨੂੰ ਢਾਲਿਆ, ਉਹਨਾਂ ਦੀ ਕੁੱਟਮਾਰ ਕੀਤੀ ਆ ਅਤੇ ਪਤਾ ਨਹੀਂ ਇਹਨਾਂ ਨੇ ਉਹਨਾਂ ਨੂੰ ਕੀ ਦਿੱਤਾ ਜਾਂ ਕੀ ਕੀਤਾ ਉਹਦੇ ਨਾਲ, ਉਹਨਾਂ ਦਾ ਜਾਨੀ ਨੁਕਸਾਨ ਇਹਨਾਂ ਕਰਤਾ। ਕਸ਼ਮੀਰ ਸਿੰਘ ਸਾਨੂੰ ਉਹ ਗੁਰਚਰਨ ਸਿੰਘ ਜੱਟਵਾਸੀ ਡੇਰਾ ਪਠਾਣ ਦਾ ਰਹਿਣ ਵਾਲਾ ਸੀ। ਇਹਨਾਂ ਦੇ ਅੱਜ ਜਿਹੜੀ ਆ ਵਕਤ ਕਰੀਬ 2:30 ਵਜੇ ਨਾ ਇਹ ਪੈਲੀਆਂ 'ਚ ਗਿਆ ਸੀ। ਇਹ ਆਪਣਾ ਪੈਲੀ 'ਚ ਵੱਟ ਬੰਨ੍ਹ ਡਿਆ ਸੀ। ਇਹਦਾ ਭਰਾ ਜਿਹੜਾ ਲਾਗੇ ਉਹ ਆਪਣੀ ਪੈਲੀ ਜਿਹੜਾ ਉਹ ਵੱਟਾਂ ਸੰਗਣ ਡਿਆ ਸੀ। ਉਹ ਕਿਤੇ ਦੂਸਰੀ ਪਾਰਟੀ ਜਿਹੜੀ ਆ ਰਤਨ ਸਿੰਘ ਵਗੈਰਾ ਜਿਹੜੇ ਆ ਉਹ ਉੱਥੇ ਗਏ ਨੇ ਅਤੇ ਇਹਨੂੰ ਕੁੱਟਣ ਲੱਗ ਪਏ। ਉਹਦਾ ਭਰਾ ਨੇ ਜਿਹੜਾ ਛਡਾਉਣ ਗਿਆ ਆ ਅਤੇ ਉਹਨੂੰ ਵੀ ਕੁੱਟਮਾਰ ਲੱਗ ਪਿਆ ਅਤੇ ਉਹ ਭੱਜ ਕੇ ਚਲ ਗਿਆ। ਉਹਨਾਂ ਨੇ 108 'ਤੇ ਤਲਾਹ ਦਿੱਤੀ। ਲੁਧਿਆਣਾ ਦੇ ਪੁਰਾਣੇ ਦਯਾਨੰਦ ਸਥਿਤ ਇੱਕ ਸਿੰਧੀ ਬੈਕਰੀ ਨਾਮਕ ਦੁਕਾਨ ਵਿੱਚ ਇੱਕ ਚਾਦਰ ਵਾਲੇ ਗੈਂਗ ਨੇ ਆਪਣਾ ਹੱਥ ਸਾਫ ਕੀਤਾ ਹੈ। ਮੰਗਲਵਾਰ ਦੀ ਸਵੇਰੇ 6 ਦੇ ਕਰੀਬ ਇਹ ਚੋਰਾਂ ਨੇ ਦੁਕਾਨ ਦੀ ਚੋਰੀ ਕਰਨ ਲਈ ਚਾਦਰ ਦਾ ਸਹਾਰਾ ਲਿਆ ਅਤੇ ਗੈਂਗ ਦਾ ਇੱਕ ਮੈਂਬਰ ਦੁਕਾਨ ਦੇ ਅੰਦਰ ਬਿਨਾਂ ਤਾਲੇ ਤੋੜੇ ਹੀ ਸ਼ਟਰ ਦੇ ਨੀਚੇ ਤੋਂ ਬੜੇ ਹੀ ਸਫਾਈ ਨਾਲ ਅੰਦਰ ਵੜ ਗਿਆ ਅਤੇ ਕਰੀਬ 15,000 ਰੁਪਏ ਦੀ ਨਕਦੀ ਉੱਤੇ ਆਪਣਾ ਹੱਥ ਸਾਫ ਕਰ ਦਿੱਤਾ। ਚੋਰੀ ਦੀ ਇਹ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਵਿੱਚ ਜੁਟ ਗਈ ਹੈ। ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਸੰਬੰਧ ਵਿੱਚ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਅਤੇ ਮੌਕੇ ਉੱਤੇ ਮੌਜੂਦ ਇੱਕ ਪੁਲਿਸ ਅਧਿਕਾਰ ਨੇ ਮੀਡੀਆ ਨਾਲ ਬਦਸਲੂਕੀ ਵੀ ਕੀਤੀ। ਪ੍ਰਕਾਸ਼ ਚੰਦਰ ਸਿੰਧੀ ਹਾਊਸ ਦਾ ਓਨਰ ਹੈ। ਸਾਡੀ ਓਲਡ ਡੀਐਮਸੀ ਦੇ ਸਾਹਮਣੇ ਦੁਕਾਨ ਪੈਂਦੀ ਹੈ। ਰਾਤੀਂ ਅਸੀਂ 11 ਵਜੇ ਦੁਕਾਨ ਬੰਦ ਕਰਕੇ ਜਾਂਦੇ ਹਾਂ 10:30-11 ਵਜੇ ਰੋਜ਼। ਜਿੱਦਾਂ ਸਵੇਰਾ ਪੇਟਾ ਗਿਆ 9 ਵਜੇ ਦੁਕਾਨ ਖੋਲ੍ਹੀ 9:30 ਵਜੇ ਤਾਂ ਕੀ ਦੇਖਦਾ ਕਿ ਦੁਕਾਨ ਦਾ ਗੱਲਾ ਖੁੱਲ੍ਹਾ ਪਿਆ ਸੀਗਾ, ਉਹ 'ਚ ਪੈਸੇ ਬਿਲਕੁਲ ਨਹੀਂ ਸੀਗੇ। ਕੁਛ ਦੇਰ ਬਾਅਦ ਅਸੀਂ ਦੇਖਿਆ ਕਿ ਪੜਤਾਲ ਕੀਤੀ ਉਹ ਜਾਂਚ ਦੇ ਬਾਰੇ, ਫਿਰ ਦੇਖਿਆ ਸੀਸੀ ਕੈਮਰੇ ਲੱਗੇ ਉਹ 'ਚ ਜਾਂਚਕਾਰੀ ਕੀਤੀ, ਫਿਰ ਪਤਾ ਲੱਗਿਆ ਕਿ ਸਵੇਰੇ ਤੜਕੇ 4:30 ਵਜੇ ਮੇਨ ਰੋਡ 'ਤੇ 6 ਬੰਦੇ ਆਏ, ਚਾਦਰ ਫੈਲਾ ਕੇ ਖੜ੍ਹੇ ਹੋ ਕੇ ਉਹਨਾਂ ਨੇ ਇੱਕ ਬੰਦਾ ਅੰਦਰ ਵਾੜਿਆ ਸ਼ਟਰ ਖਿੱਚ ਕੇ। ਉਸ ਦੌਰਾਨ ਉਹਨਾਂ ਨੇ ਸਾਰੀ ਕਾਰਵਾਈ ਕੀਤੀ, ਇਹ ਕੰਮ 4-5 ਮਿੰਟ 'ਚ ਕਰਕੇ ਵਾਪਸ ਨਿਕਲ ਗਏ। ਬਾਕੀ ਅਸੀਂ ਇਹ ਸਾਰੀ ਕਾਰਵਾਈ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਹੈ, ਨਾਲ ਉਹਦੀ ਪੈਨ ਡਰਾਈਵ ਬਣਾ ਕੇ ਦਿਖਾ ਦੇ ਦਿੱਤੀ ਹੈ। ਇਸ ਲਈ ਸਾਡਾ ਜੀ ਪੂਰੀ ਸਹਾਇਤਾ ਕੀਤੀ ਜਾਵੇ ਕੇਸ ਦੀ। ਸਿੰਧੀ ਹਾਊਸ ਦਾ ਓਨਰ ਓਪੋਜਿਟ ਓਲਡ DMC ਡੰਡੀ ਸਵਾਮੀ ਰੋਡ ਤੋਂ, ਸਾਡੇ ਸ਼ੋਪ 'ਚ ਕੱਲ੍ਹ ਰਾਤੀ ਅੱਧੀ ਰਾਤ ਨੂੰ ਚੋਰੀ ਹੋਈ ਹੈ ਜੀ। 11 ਵਜੇ ਅਸੀਂ ਸ਼ੋਪ ਕਲੋਜ਼ ਕਰਕੇ ਗਏ ਹਾਂ ਅਤੇ ਸਵੇਰੇ ਅਸੀਂ ਜਦ ਆ ਕੇ ਦੇਖਿਆ ਤਾਂ ਸਾਡੇ 9:30 ਵਜੇ ਜਦ ਓਪਨ ਕੀਤੀ ਤਾਂ ਸਾਡੇ ਗੱਲੇ 'ਚ ਜਦ ਗੱਲਾ ਖੋਲ੍ਹਿਆ ਤਾਂ ਦੇਖਿਆ ਤਾਂ ਉਹਦੇ ਵਿੱਚ ਕੁਛ ਵੀ ਜਿੰਨੇ ਪੈਸੇ ਰੱਖੇ ਸੀ 10-15 ਹਜ਼ਾਰ ਜਿੰਨੇ ਵੀ ਸੀਗੇ ਉਹ ਕੁਛ ਵੀ ਨਹੀਂ ਸੀਗਾ, ਸਾਰਾ ਬਿਲਕੁਲ ਖਾਲੀ ਕਰਿਆ ਹੋਇਆ ਸੀ। ਤਾਂ ਜਦ ਅਸੀਂ ਛਾਨਬੀਨ ਕੀਤੀ, ਆਪਣੇ ਕੈਮਰੇ ਚੈੱਕ ਕੀਤੇ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਸਾਡੇ ਦੁਕਾਨ ਦੇ ਵਿੱਚ 6 ਕੁ ਮੈਂਬਰ ਆਏ ਹੈ ਅਤੇ ਉਹਨਾਂ ਨੇ ਸ਼ਟਰ ਚੱਕ ਕੇ ਚੋਰੀ ਕੀਤੀ ਹੈ ਅਤੇ ਉਹ ਸਰੇਆਮ ਬਾਹਰ ਨਿਕਲ ਗਏ ਹੈ। ਅਤੇ ਹੁਣ ਸਾਡੇ ਕੋਲ ਅਸੀਂ ਪੁਲਿਸ ਇਨਕੁਆਇਰੀ ਕਰਵਾਈ ਹੈ, ਸਾਡੀ ਸਹਾਇਤਾ ਕੀਤੀ ਜਾਵੇ। CCTV ਕੈਮਰੇ 'ਚ ਸਾਡੇ ਕੋਲ ਸਾਰੀ ਰਿਕਾਰਡਿੰਗ ਹੈਗੀ ਹੈ ਜੀ, ਹਰ ਇੱਕ ਚੀਜ਼ ਦੀ ਰਿਕਾਰਡਿੰਗ ਹੈਗੀ ਸਾਡੇ ਕੋਲ। ਹੁਣ ਸਮਾਹੋ ਚੱਲੇ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.